ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਬੇਨਤੀਆਂ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਨੂੰ ਲੈ ਕੇ ਹੈ। ਸਾਧ ਸੰਗਤ ਜੀ, ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਬਹੁਤ ਆਈਆਂ ਨੇ ਕਿ ਜੋ IVF ਤਕਨੀਕ ਹੈ ਉਹ 50 ਸਾਲ ਦੀ ਉਮਰ ਤੱਕ ਹੀ ਕਰਵਾ ਸਕਦੇ ਹਾਂ, ਉਸ ਤੋਂ ਬਾਅਦ ਜੇਕਰ ਕੋਈ ਕਰਵਾਉਂਦਾ ਹੈ ਤਾਂ ਉਹ ਇਨਲੀਗਲ ਹੈ, ਉਸ ਦੇ ਉੱਪਰ ਕਾਰਵਾਈ ਹੋ ਸਕਦੀ ਹੈ। ਅਤੇ ਇਸ ਗੱਲ ਨੂੰ ਲੈ ਕੇ ਜੋ ਸਿੱਧੂ ਮੂਸੇਵਾਲੇ ਦੀ ਮਾਤਾ ਹੈ ਉਹ ਬਹੁਤ ਚਿੰਤਾ ਦੇ ਵਿੱਚ ਹੈ, ਕਿਉਂਕਿ ਉਹਨਾਂ ਨੇ IVF ਤਾਂ ਕਰਵਾ ਲਈ ਪਰ ਉਹਨਾਂ ਦੀ ਜੋ ਉਮਰ ਹੈ ਉਹ 58 ਸਾਲ ਹੈ। IVF ਕਰਵਾ ਕੇ ਉਹ ਆਪ ਹੀ ਫਸਦੇ ਜਾ ਰਹੇ ਨੇ ਅਤੇ ਉੱਧਰੋਂ ਉਹਨਾਂ ਨੂੰ ਨੋਟਿਸ ਵੀ ਮਿਲ ਗਿਆ ਹੈ ਇਸ ਮਾਮਲੇ ਦੇ ਵਿੱਚ ਕਿ ਤੁਸੀਂ 50 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਫਿਰ ਵੀ ਤੁਸੀਂ IVF ਕਰਵਾਈ ਹੈ। ਅਤੇ ਸਾਧ ਸੰਗਤ ਜੀ, ਭਗਵੰਤ ਮਾਨ ਦੇ ਕੋਲ ਸਿੱਧੂ ਮੂਸੇਵਾਲੇ ਦੀ ਮਾਤਾ ਸਰਕਾਰੀ ਇਜਾਜ਼ਤ ਲੈਣ ਦੇ ਲਈ ਪਹੁੰਚ ਗਈ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਜੋ ਗੱਲਾਂ ਬਾਤਾਂ ਕਹੀਆਂ, ਜਿਹੜੀ ਗੱਲ ਭਗਵੰਤ ਮਾਨ ਨੇ ਕਹੀ, ਇਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਵੇਗੀ। ਆਖਿਰਕਾਰ ਅਜਿਹਾ ਕੀ ਹੋਇਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਇਜਾਜ਼ਤ ਮਿਲ ਜਾਵੇਗੀ ਜਾਂ ਫਿਰ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ? ਐਸੇ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ, ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੇ ਰਸਨਾਂ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਕਾਨੂੰਨ ਹੈ ਕਿ 50 ਸਾਲ ਦੀ ਉਮਰ ਤੱਕ ਹੀ IVF ਕਰਵਾ ਸਕਦੇ ਹਾਂ, ਪਰ ਸਿੱਧੂ ਮੂਸੇਵਾਲੀ ਦੀ ਮਾਤਾ ਆਪ ਹੀ ਫਸਦੀ ਨਜ਼ਰ ਆ ਰਹੀ ਹੈ ਕਿ ਉਸਦੀ ਉਮਰ ਜੋ 58 ਸਾਲ ਹੋ ਗਈ ਪਰ ਫਿਰ ਵੀ ਉਸਨੇ IVF ਕਰਵਾ ਲਿਆ। ਭਾਰਤ ਦੇ ਵਿੱਚ ਇਹ ਕਾਨੂੰਨ ਹੈ ਕਿ ਤੁਸੀਂ 50 ਸਾਲ ਦੀ ਉਮਰ ਤੱਕ ਹੀ ਕਰਵਾ ਸਕਦੇ ਹੋ, ਪਰ ਸਿੱਧੂ ਮੂਸੇਵਾਲੇ ਦੀ ਮਾਤਾ ਉਸਨੇ ਵਿਦੇਸ਼ ਦੀ ਧਰਤੀ ਤੋਂ ਇਹ IVF ਕਰਵਾਇਆ ਹੈ। ਉਹ ਸਾਰੇ ਕਾਨੂੰਨਾਂ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਹੈ, ਸਮਝਦੇ ਹੈ। ਇੰਡੀਆ ਦੇ ਡਾਕਟਰ ਨਹੀਂ ਕਰਦੇ, ਕੋਈ ਗੱਲ ਨਹੀਂ, ਵਿਦੇਸ਼ ਦੇ ਡਾਕਟਰਾਂ ਤੋਂ ਕਰਵਾ ਲਿਆ, ਉਹਦੇ ਵਿੱਚ ਕੋਈ ਗਲਤ ਨਹੀਂ, ਵਿਦੇਸ਼ ਦੇ ਵਿੱਚ ਤਾਂ ਲੀਗਲ ਹੈ। ਅਤੇ ਸਾਧ ਸੰਗਤ ਜੀ, ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਕਿ ਉਹਨਾਂ ਨੇ 58 ਸਾਲ ਦੀ ਉਮਰ ਦੇ ਵਿੱਚ IVF ਕਰਵਾਇਆ। ਸਾਧ ਸੰਗਤ ਜੀ, ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਣੀ ਕਿਉਂਕਿ ਉਹਨਾਂ ਨੇ ਇੰਡੀਆ ਦੇ ਵਿੱਚੋਂ ਨਹੀਂ ਕਰਵਾਇਆ। ਜੇ ਉਹ ਇੰਡੀਆ ਦੇ ਵਿੱਚੋਂ ਕਰਵਾਉਂਦੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ, ਉਹਨਾਂ ਨੇ ਵਿਦੇਸ਼ ਦੀ ਧਰਤੀ ਤੋਂ ਕਰਵਾਇਆ। ਸਾਧ ਸੰਗਤ ਜੀ, ਇਸ ਲਈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਬੱਚੇ ਨੂੰ ਜਨਮ ਦੇ ਸਕਦੀ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।